ਜੈ ਮਸੀਹੀ ਮੇਰਾ ਨਾਂ ਪ੍ਰਸਿੱਲਾ ਹੈ ਅਤੇ ਮੈਂ ਪੰਜਵੀਂ ਜਮਾਤ ਵਿੱਚ ਪੜਦੀ ਹਾਂ ਅੱਜ ਮੈਂ ਤੁਹਾਨੂੰ ਜ਼ਬੂਰ 91 ਦਾ 1 ਤੋਂ 16 ਤੱਕ ਸੁਨਾਉਣ ਜਾ ਰਹੀ ਹਾਂ ਜਿਹੜਾ ਅਤ ਮਹਾਨ ਦੀ ਉੱਟ ਵਿੱਚ ਵਸਦਾ ਹੈ ਉਸ ਅਰਪ ਸ਼ਕਤੀਮਾਨ ਦੇ ਸائے ਹੀ ਟਿਕੇਗਾ ਮੈਂ ਪਰਮੇਸ਼ਰ ਵੇ ਕੇ ਆਖਾਂਗਾ ਕਿ ਤੂੰ ਮੇਰੀ ਪਨਾਹ ਤੇ ਗੜ ਹੈ ਮੇਰੇ ਪਰਮੇਸ਼ਰ ਜੇਦੇ ਉਤੇ ਮੈਂ ਪਰੋਸਾ ਰਖਦਾ ਹਾਂ ਉਹ ਮੈਨੂੰ ਫਾਂਦੀ ਦੀ ਫਾਹੀ ਵਿੱਚੋਂ ਅਤੇ ਕਾਤਕ ਮਰੀ ਤੋਂ छुटकारा ਦਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਡੱਕ ਲਵੇਗਾ ਅਤੇ ਉਹਨਾਂ ਦੇ ਖੰਭਾਂ ਵਿੱਚ ਸ਼ਰਨ ਪਾਵੇਗਾ ਉਹਨਾਂ ਦੇ ਖੰਭਾਂ ਇੱਕ ਡਾਲ ਅਤੇ ਫਰੀ ਹੈ ਤੂੰ ਰਾਤ ਦੇ ਪਜੇ ਤੋਂ ਨਾ ਡਰੇਗਾ ਨਾ ਦਿਨ ਦੇ ਬਾਣ ਤੋਂ ਨਾ ਹੀ ਉਹ ਜਿਹੜੇ ਅਨੇਰੇ ਵਿੱਚ ਚਲਦੀ ਹੈ ਤੇ ਨਾ ਹੀ ਉਹ ਚੀਜ਼ ਜਿਹੜੀ ਦੁਪਹਿਰ ਨੂੰ ਝਾੜਦੀ ਹੈ ਤੇਰੇ ਮੁੜ ਹਜ਼ਾਰ ਅਤੇ ਤੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਤੇਰੇ ਨੇੜੇ ਨਹੀਂ ਆਵੇਗੀ ਬਸ ਤੂੰ ਆਪਣੇ ਆਖਾਂ ਨਾਲ ਉਹਨਾਂ ਦੇ ਨਿਗਾਹ ਕਰੇਗਾ ਅਤੇ ਦੁਸ਼ਟਾ ਦਾ ਬਦਲਾ ਵਖੇਗਾ हे ਪਰਮੇਸ਼ਰ ਤੂੰ ਮੇਰੇ ਪਨਾ ਗੜ ਹੈ ਅਤੇ ਅਤਮਹਾਨ ਨੂੰ ਆਪਣੇ ਵਾਸੂ ਕਰ ਲਿਆ ਹੈ ਤੇਰੇ ਉੱਤੇ ਕੋਈ ਬੁਰੀਆਈ ਨਹੀਂ ਪਵੇਗੀ ਨਾ ਕੋਈ ਦੁੱਖ ਤੇਰੇ ਡੇਰੇ ਕੋਲ ਆਵੇਗੀ ਉਹ ਆਪਣੇ ਦੁੱਤਾਂ ਨੂੰ ਹੁਕਮ ਦੇਵੇਗਾ ਪਈ ਉਹ ਤੇਰੇ ਸਾਰੇ ਰਾਹਿਆਂ ਵਿੱਚ ਰਚਿਆ ਕਰੇਗਾ ਉਹ ਆਪਣੇ ਹੱਥਾਂ ਨਾਲ ਤੈਨੂੰ ਚੁੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਜ ਦੇ ਤੂੰ ਸ਼ੀ ਅਤੇ ਸੱਪ ਨੂੰ ਸਿੰਦੇਗਾ ਤੂੰ ਜਵਾਨ ਸ਼ੀ ਅਤੇ ਨਾਗ ਨੂੰ ਲਤਾੜੇਗਾ ਉਹ ਮੇਰੇ ਨਾਲ ਪ੍ਰੀਤ ਲਾਈ ਹੈ ਉਹ ਮੈਨੂੰ ਛਡਾਵਾ ਹੈ ਕਉਕੀ ਉਹ ਮੇਰੀ ਨਾ ਜਾਣਦਾ ਹੈ ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਉੱਤਰ ਦੇਵਾਂਗਾ ਦੁੱਖ ਦੇ ਸਮੇਂ ਵਿੱਚ ਮੈਂ ਉਹਦੀ ਅੰਗ ਸੰਗ ਰਹਾਂਗਾ ਅਤੇ ਮੈਂ ਉਹਨੂੰ ਛੁਡਾਵਾਂਗਾ ਅਤੇ ਆਦਰ ਦੇਵਾਂਗਾ ਆਰਜਾ ਦੇ ਵਾਅਦੇ ਨਾਲ ਮੈਂ ਉਹਦੀ ਨਿਸ਼ਾ ਕਰਾਂਗਾ ਅਤੇ ਉਹਨੂੰ ਆਪਣੀ ਮੁਕਤੀ ਵਿਖਾਵਾਂਗਾ ਆਮੇਨ